ਅਚਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਿੱਕੀ ਸਤਿ ਸ਼੍ਰੀ ਅਕਾਲ ਮੇਰੀ ਆਵਾਜ਼ ਆ ਰਹੀ ਹੈ ਜੀ ਬਿਲਕੁਲ ਠੀਕ ਜੀ ਸੁਰਖੀਆਂ ਦੱਸੋ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਸਲਮਾਨ ਖਾਨ ਤੇ ਗਿੱਪੀ ਗਰੇਵਾਲ ਨੂੰ ਮਿਲੀ ਸਪੇਨ ਤੋਂ ਧਮਕੀ ਬਹਿਬਲ ਕਲਾਂ ਗੋਲੀ ਕਾਂਡ ਤੇ ਫਿਰ ਭੜਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣ ਕੈਦੀ ਪਾਇਆ ਕਰਨਗੇ ਗੱਡੀਆਂ ਵਿੱਚ ਤੇਲ ਕਿਸਾਨਾਂ ਬਾਰੇ ਟਿੱਪਣੀ ਕਰਨ ਕਰਕੇ ਕਸੂਤਾ ਫਸਿਆ ਹਰਿਆਣੇ ਦਾ ਖੇਤੀਬਾੜੀ ਮੰਤਰੀ ਰਾਜਸਥਾਨ ਦੇ ਵਿੱਚ ਭਾਜਪਾ ਤੇ ਛੱਤੀਸਗੜ੍ਹ ਦੇ ਵਿੱਚ ਕਾਂਗਰਸ ਦੀ ਜਿੱਤ ਦੇ ਅੰਦਾਜ਼ੇ ਪੰਜਾਬ ਦੇ ਵਿੱਚ ਗੰਨੇ ਦੇ ਭਾਅ ਦੇ ਵਿੱਚ 11 ਰੁਪਏ ਦਾ ਕੀਤਾ ਵਾਧਾ ਕੰਗਣਾ ਰਣੌਤ ਚੰਡੀਗੜ੍ਹ ਜਾਂ ਮੰਡੀ ਖੇਤਰ ਤੋਂ ਚੋਣ ਲੜ ਸਕਦੀ ਹੈ ਮਜੀਠੀਆ ਤੋਂ ਮੁੱਖ ਮੰਤਰੀ ਮਾਨ ਨੇ ਮੰਗਿਆ ਅਰਬੀ ਘੋੜਿਆਂ ਦਾ ਹਿਸਾਬ ਕਿਤਾਬ ਪੰਜਾਬ ਦੇ ਵਿੱਚ ਮੀਂਹ ਦੇ ਨਾਲ ਹੋਰ ਪਾਰਾ ਡਿੱਗਣ ਦੇ ਆਸਾਰ ਤੇ ਆਖਰੀ ਖਬਰ ਸੁਲਤਾਨਪੁਰ ਲੋਧੀ ਮਾਮਲੇ 'ਚ ਅਕਾਲੀ ਦਲ ਦਾ ਵਫਦ ਰਾਜਪਾਲ ਨੂੰ ਮਿਲਿਆ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਰਹਿਣਾ ਜੀ ਗਿੱਪੀ ਗਰੇਵਾਲ ਤੇ ਸਲਮਾਨ ਖਾਨ ਨੂੰ ਕਿੱਥੋਂ ਆਈ ਹੈ ਧਮਕੀ ਤੇ ਕੀ ਕਿਹਾ ਉਹਨਾਂ ਨੂੰ ਦੇਖੋ ਜੀ ਪਹਿਲੀ ਗੱਲ ਤਾਂ ਇਹ ਕਿ ਇਸ ਵੇਲੇ ਨਾ ਗਿੱਪੀ ਗਰੇਵਾਲ ਦੇ ਵੱਲੋਂ ਜਿਹੜੀ ਇਸ ਗੱਲ ਦੀ ਹੈਰਾਨੀ ਤੇ ਦੁੱਖ ਵੀ ਪ੍ਰਗਟਾਇਆ ਗਿਆ ਸੀਗਾ ਜੀ ਕਿ ਮੇਰਾ ਕਸੂਰ ਕੋਈ ਨੀ ਗਾ ਤੇ ਮੈਨੂੰ ਕਦੇ ਕੋਈ ਧਮਕੀ ਵੀ ਨਹੀਂ ਆਈ ਲਾਰੈਂਸ ਗਰੁੱਪ ਦੇ ਵੱਲੋਂ ਪਰ ਫਿਰ ਵੀ ਪੋਸਟ ਪਾ ਕੇ ਗੱਲ ਕਹਿ ਦਿੱਤੀ ਗਈ ਹੈ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਕਿ ਤੂੰ ਸਲਮਾਨ ਖਾਨ ਦੇ ਬਹੁਤ ਨੇੜੇ ਬਣਦਾ ਇਸ ਕਰਕੇ ਤੈਨੂੰ ਅਸੀਂ ਛੱਡਣਾ ਨੀ ਉਹਦੇ ਵਿੱਚ ਕੁਝ ਕੁ ਹੋਰ ਗੱਲਾਂ ਵੀ ਸੀਗੀਆਂ ਜਿਹੜੀਆਂ ਆਪਾਂ ਸਾਂਝੀਆਂ ਵੀ ਕੀਤੀਆਂ ਸੀ ਰੈਡ ਐਫ ਐਮ ਤੇ ਹੁਣ ਇਸ ਪੋਸਟ ਦੇ ਮਾਮਲੇ ਦੇ ਉੱਤੇ ਪੰਜਾਬ ਦੇ ਸਾਈਬਰ ਕ੍ਰਾਈਮ ਸੈੱਲ ਦੇ ਵੱਲੋਂ ਪੜਤਾਲ ਕੀਤੀ ਗਈ ਹੈ ਇਹ ਜਿਹੜੀ ਪੋਸਟ ਆ ਇਹ ਸਪੇਨ ਤੋਂ ਪਾਈ ਗਈ ਹੈ ਸਪੇਨ ਤੋਂ ਵਾਇਰਲ ਕੀਤੀ ਗਈ ਹੈ ਤੇ ਕੋਈ ਇੱਕ ਟੈਕਨੀਕਲ ਤੌਰ ਦੇ ਉੱਤੇ VPN ਕੋਈ ਸੋਫਟਵੇਅਰ ਆ ਉਹਦੇ ਰਾਹੀਂ ਇਹ ਪਾਈ ਗਈ ਹੈ ਪਰ ਹਾਲੇ ਤੱਕ ਇਹ ਨਹੀਂ ਪਤਾ ਲੱਗਾ ਵੀ ਸਪੇਨ ਦੇ ਕਿਹੜੇ ਸ਼ਹਿਰ ਤੋਂ ਤੇ ਕਿਹੜੇ ਪਾਸੇ ਤੋਂ ਪਾਈ ਗਈ ਹੈ ਪਰ ਇੱਕ ਪਾਸੇ ਜਦੋਂ ਹੁਣ ਗਿੱਪੀ ਗਰੇਵਾਲ ਦੇ ਵੈਸਟ ਵੈਨਕੂਵਰ ਵਾਲੇ ਘਰ ਦੇ ਵਿੱਚ ਗੋਲੀਆਂ ਚੱਲਦੀਆਂ ਉਹਦੇ ਘਰ ਤੇ ਗੋਲੀਆਂ ਚੱਲਦੀਆਂ ਦੂਜੇ ਪਾਸੇ ਜਿਹੜੇ ਦਿੱਲੀ ਦੇ ਸਪੈਸ਼ਲ ਸੈੱਲ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਆ ਦੋ ਗੈਂਗਸਟਰ ਦੋ ਸ਼ੂਟਰ ਉਹਨਾਂ ਨੇ ਕਿਹਾ ਜੀ ਕਿ ਐਲੀ ਮਾਂਗਟ ਸਾਡੇ ਲਈ ਨਿਸ਼ਾਨੇ ਦੇ ਉੱਤੇ ਸੀਗੇ ਅਸੀਂ ਉਹਦਾ ਕਤਲ ਕਰਨਾ ਚਾਹੁੰਦੇ ਹਾਂ ਇਹਨਾਂ ਗੱਲਾਂ ਦੇ ਕਰਕੇ ਥਿਨ ਸਾਹਿਬ ਪੰਜਾਬ ਦੇ ਕਲਾਕਾਰ ਭਾਈਚਾਰੇ ਦੇ ਵਿੱਚ ਸਹਿਮ ਦਾ ਮਾਹੌਲ ਆ ਵੀ ਭਵਿੱਖ ਦੇ ਵਿੱਚ ਪਤਾ ਨੀ ਕੀ ਤੋਂ ਕੀ ਵਾਪਰ ਜਾਣਾ ਆ ਮੇਰੀ ਦੋ ਤਿੰਨ ਕਲਾਕਾਰਾਂ ਦੇ ਨਾਲ ਪਿਛਲੇ ਇੱਕ ਦੋ ਦਿਨਾਂ ਦੇ ਵਿੱਚ ਗੱਲ ਹੋਈ ਉਹ ਕਹਿੰਦੇ ਬਾਈ ਜੀ ਅਸੀਂ ਤਾਂ ਪ੍ਰੋਗਰਾਮ ਬੁੱਕ ਕਰਨੇ ਹੀ ਬੰਦ ਕਰਤੇ ਆ ਉਹ ਕਹਿੰਦੇ ਮੰਨ ਲਓ ਅਸੀਂ ਕਿਸੇ ਮੇਲੇ 'ਚ ਗਏ ਹਾਂ ਮੰਨ ਲਓ ਅਸੀਂ ਕਿਸੇ ਵਿਆਹ ਤੇ ਗਏ ਹਾਂ ਉਸ ਵਿਆਹ ਦੇ ਵਿੱਚ ਮੰਨ ਲਓ 1000 ਬੰਦਾ ਆਇਆ ਹੋਵੇ 500 ਬੰਦਾ ਆਇਆ ਹੋਵੇ ਮੂਹਰੇ ਨੱਚਣ ਵਾਲਿਆਂ ਦੇ ਵਿੱਚ 150-200-300 ਬੰਦਾ ਹੋਵੇ ਕੀ ਪਤਾ ਉਹਦੇ ਵਿੱਚੋਂ ਕਿਹੜਾ ਕਿਹੜੀ ਨੀਤ ਨਾਲ ਆਇਆ ਇਸ ਕਰਕੇ ਅਸੀਂ ਵਕਤੀ ਤੌਰ ਦੇ ਉੱਤੇ ਆਪਣੇ ਪ੍ਰੋਗਰਾਮ ਕਰਨੇ ਬੰਦ ਕਰ ਦਿੱਤੇ ਹੈ ਸੋ ਕਿਹਾ ਕੀ ਹੈ ਇਸ ਧਮਕੀ ਦੇ ਵਿੱਚ ਪੈਸੇ ਮੰਗਦੇ ਨੇ ਜਾਂ ਕੋਈ ਹੋਰ ਗੱਲ ਆ ਨਹੀਂ ਜੀ ਉਹਦੇ ਵਿੱਚ ਧਮਕੀ ਦੇ ਵਿੱਚ ਕੋਈ ਪੈਸੇ ਮੰਗਣ ਦੀ ਗੱਲ ਨਹੀਂ ਕੀਤੀ ਗਈ ਜੀ ਉਹਦੇ ਵਿੱਚ ਨਾ ਇਹ ਗੱਲ ਕਹੀ ਗਈ ਵੀ ਸਾਨੂੰ ਇੰਨੇ ਪੈਸੇ ਦਿਓ ਉਹਦੇ ਵਿੱਚ ਤਾਂ ਇਹ ਗੱਲ ਲਿਖੀ ਗਈ ਹੈ ਮੈਂ ਤੁਹਾਨੂੰ ਉਸ ਪੋਸਟ ਦਾ ਕੁਝ ਕੁ ਵੇਰਵਾ ਜਿਹੜਾ ਦੱਸ ਦਿੰਦਾ ਅੱਜ ਵੈਨਕੂਵਰ ਦੇ ਵਾਈਟ ਰੌਕ ਏਰੀਏ ਦੇ ਵਿੱਚ ਗਿੱਪੀ ਗਰੇਵਾਲ ਦੇ ਬੰਗਲੋ ਤੇ ਫਾਇਰਿੰਗ ਲਾਰੈਂਸ ਬਿਸ਼ਨੋਈ ਗਰੁੱਪ ਨੇ ਕਰਵਾਈ ਸਲਮਾਨ ਖਾਨ ਨੂੰ ਬਹੁਤ ਭਾਈ ਭਾਈ ਕਰਦਾ ਤੂੰ ਤੇ ਹੁਣ ਬਚਾਵੇ ਤੈਨੂੰ ਤੇਰਾ ਭਾਜੀ ਇਹ ਸਲਮਾਨ ਜੇ ਨੂੰ ਮੈਸੇਜ ਹੈਗਾ ਕਿ ਤੈਨੂੰ ਵਹਿਮ ਨਾ ਰਵੇ ਕਿਸੇ ਕਿਸਮ ਦਾ ਕਿ ਭਾਈ ਉਹ ਤੈਨੂੰ ਬਚਾ ਲਊਗਾ ਓਵਰ ਐਕਟਿੰਗ ਤੁਸੀਂ ਕਰਦੇ ਹੋ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਉੱਤੇ ਵੀ ਤੁਸੀਂ ਆਹ ਕੁਝ ਕੀਤਾ ਫਿਰ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਇੱਕ ਬੜੀ ਮਹੱਤਵਪੂਰਨ ਕਿ ਭਾਈ ਜਦੋਂ ਵਿੱਕੂ ਮੀਡੂ ਖੜਾ ਸੀ ਉਦੋਂ ਤੁਸੀਂ ਅੱਗੇ ਪਿੱਛੇ ਤੁਰਿਆ ਫਿਰਦਾ ਸੀ ਤੇ ਭਾਈ ਤੂੰ ਜਿੱਥੇ ਮਰਜ਼ੀ ਲੁਕ ਲਾ ਕਿਸੇ ਵੀ ਕੰਟਰੀ ਦੇ ਵਿੱਚ ਭੱਜ ਲਾ ਤੇ ਚੇਤੇ ਰੱਖੀ ਮੌਤ ਆ ਜਿਹੜੀ ਉਹ ਕਿਸੇ ਨੂੰ ਪਿੱਛਾ ਨਹੀਂ ਛੱਡਦੀਗੀ ਏਦਾਂ ਦੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਮੈਨੂੰ ਨਿੱਜੀ ਤੌਰ ਦੇ ਉੱਤੇ ਲੱਗਦਾ ਸਿੰਘ ਸਾਹਿਬ ਵੀ ਲਾਰੈਂਸ ਬਿਸ਼ਨੋਈ ਗਰੁੱਪ ਆ ਜਿਹੜਾ ਉਹ ਸਲਮਾਨ ਖਾਨ ਦੇ ਪਿੱਛੇ ਪਿਆ ਕਿਉਂਕਿ ਇਹਦੇ ਵਿੱਚ ਕਾਲੇ ਹਿਰਨ ਦਾ ਮਾਮਲਾ ਹੈਗਾ ਤੇ ਬਿਸ਼ਨੋਈ ਸਮਾਜ ਆ ਜਿਹੜਾ ਕਾਲੇ ਹਿਰਨ ਦੀ ਬਹੁਤ ਕਦਰ ਕਰਦਾ ਸਲਮਾਨ ਖਾਨ ਦੇ ਨਾਲ ਗਿੱਪੀ ਗਰੇਵਾਲ ਦੀਆਂ ਦੋ ਮੁਲਾਕਾਤਾਂ ਹੋਈਆਂ ਪਹਿਲੀ ਮੁਲਾਕਾਤ ਹੋਈ ਸੀਗੀ ਜੀ ਜਾ ਕੇ ਉੱਥੇ ਜਿਹੜਾ ਬਿਗ ਬੌਸ ਦਾ ਸ਼ੋਅ ਆ ਉਹਦੇ ਵਿੱਚ ਦੂਜੀ ਮੁਲਾਕਾਤ ਹੋਈ ਹੈ ਜਦੋਂ ਇੱਥੇ ਮੌਜਾਂ ਹੀ ਮੌਜਾਂ ਫਿਲਮ ਦਾ ਟ੍ਰੇਲਰ ਜਾਰੀ ਕੀਤਾ ਸੀਗਾ ਬੰਬੇ ਦੇ ਵਿੱਚ ਪੰਜਾਬੀ ਫਿਲਮ ਦਾ ਸੋ ਦੋ ਮੁਲਾਕਾਤਾਂ ਦੇ ਕਰਕੇ ਸ਼ਾਇਦ ਇਸ ਕਰਕੇ ਗੁੱਸੇ ਦੇ ਵਿੱਚ ਹੋਵੇ ਵੀ ਭਾਈ ਤੂੰ ਸਲਮਾਨ ਖਾਨ ਜਿਹੜਾ ਸਾਡੇ ਨਿਸ਼ਾਨੇ ਦੇ ਉੱਤੇ ਤੁਹਾਨੂੰ ਮਿਲਣ ਦੀ ਕੀ ਲੋੜ ਆ ਸੋ ਏਦਾਂ ਦੀ ਗੱਲ ਆ ਪਰ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਹੋਰ ਕੋਈ ਰਿਪੋਰਟ ਨਹੀਂ ਆਈ ਜੀ ਇਹ ਜਿਹੜੀ ਤੁਸੀਂ ਪੜ੍ਹ ਕੇ ਸੁਣਾਈ ਹੈ ਇਹ ਤਾਂ ਮੇਰਾ ਖਿਆਲ ਕਈ ਦਿਨ ਪਹਿਲਾਂ ਦੀ ਇੱਕ ਪੋਸਟ ਸੀਗੀ ਖੈਰ ਬਾਕੀ ਰਾਜਸਥਾਨ ਦੀ ਕੀ ਖਬਰ ਆਈ ਹੈ ਜੀ ਛੱਤੀਸਗੜ੍ਹ ਤੋਂ ਅਥਨ ਸਰ ਇੱਕ ਤਾਂ ਜਾਣਕਾਰੀ ਇਹ ਆ ਕਿ ਮਿਜ਼ੋਰਮ ਦੇ ਵਿੱਚ 4 ਤਰੀਕ ਨੂੰ ਗਿਣਤੀ ਹੋਊਗੀ ਪਹਿਲਾਂ ਇਹ ਸੀ ਜਾਣਕਾਰੀ ਵੀ 5 ਸੂਬਿਆਂ ਦੇ ਵਿੱਚ 3 ਤਰੀਕ ਨੂੰ ਗਿਣਤੀ ਹੋਣੀ ਹੈ 4 ਸੂਬਿਆਂ ਦੇ ਵਿੱਚ ਹੁਣ 3 ਤਰੀਕ ਨੂੰ ਗਿਣਤੀ ਹੋਊਗੀ ਤੇ 5ਵੇਂ ਯਾਨੀ ਕਿ ਮਿਜ਼ੋਰਮ ਸੂਬੇ ਦੇ ਵਿੱਚ 4 ਤਰੀਕ ਨੂੰ ਗਿਣਤੀ ਹੋਊਗੀ ਉਹਦਾ ਕਾਰਨ ਇਹ ਆ ਵੀ ਉੱਥੇ ਮਿਜ਼ੋਰਮ ਦੇ ਲੋਕਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਈਸਾਈ ਭਾਈਚਾਰੇ ਨੇ ਗੱਲ ਕਹੀ ਸੀ ਕਿ ਉਸ ਦਿਨ ਅਸੀਂ ਚਰਚ ਜਾਣਾ ਅਸੀਂ ਐਤਵਾਰ ਨੂੰ ਚਰਚ ਜਾਣਾ ਹੁੰਦਾ ਇਸ ਕਰਕੇ ਵੋਟਾਂ ਦੀ ਗਿਣਤੀ ਹੁਣ ਅਗਲੇ ਦਿਨ ਦੇ ਉੱਤੇ ਯਾਨੀ ਕਿ 4 ਤਰੀਕ ਨੂੰ ਪਾ ਦਿੱਤੀ ਗਈ ਆ
ਪਰ ਇਹਦੇ ਵਿੱਚ ਕਮਾਲ ਦੀ ਗੱਲ ਇਹ ਵੀ ਪੰਜਾਂ ਸੂਬਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਕਿਤੇ ਵੀ ਨਹੀਂ ਰੜਕ ਰਹੀ। ਜਿਹੜੇ ਐਗਜ਼ਿਟ ਪੋਲ ਦੇ ਨਤੀਜੇ ਆ, ਜਿਹਨਾਂ ਨੂੰ ਅਸੀਂ ਅੰਦਾਜ਼ਾ ਨਤੀਜੇ ਕਹਿੰਦੇ ਹਾਂ, ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਕਿਤੇ ਕੋਈ ਰੜਕ ਮੜਕ ਬੜਕ ਕਿਤੇ ਵੀ ਹੋਈ ਨਹੀਂ ਗੀ। ਇਹਦੇ ਵਿੱਚ ਪਤਾ ਲੱਗਦਾ ਜੀ ਕਿ ਦੋ ਸੂਬਿਆਂ ਦੇ ਵਿੱਚ ਭਵਿੱਖਬਾਣੀ ਕੀਤੀ ਗਈ ਆ ਵੀ ਸ਼ਾਇਦ ਬੀਜੇਪੀ ਦੀ ਸਰਕਾਰ ਆ ਜਾਏ, ਦੋ ਸੂਬਿਆਂ ਦੇ ਵਿੱਚ ਸ਼ਾਇਦ ਕਾਂਗਰਸ ਦੀ ਸਰਕਾਰ ਆ ਜਾਏ, ਤੇ ਇੱਕ ਸੂਬੇ ਮਿਜ਼ੋਰਮ ਦੇ ਵਿੱਚ ਸ਼ਾਇਦ ਹੰਗ ਅਸੈਂਬਲੀ ਬਣ ਜਾਏ। ਰਾਜਸਥਾਨ ਦੇ ਵਿੱਚ ਕੁੱਲ 199 ਸੀਟਾਂ, ਬਹੁਮਤ ਵਾਸਤੇ 100 ਸੀਟ ਚਾਹੀਦੀ ਹੈ। ਅੰਦਾਜ਼ੇ ਇਹ ਆ ਵੀ ਬੀਜੇਪੀ ਨੂੰ ਸ਼ਾਇਦ 102 ਮਿਲ ਜਾਣ, ਕਾਂਗਰਸ ਨੂੰ ਸ਼ਾਇਦ 86 ਮਿਲਣ। ਮੱਧ ਪ੍ਰਦੇਸ਼ ਦੇ ਵਿੱਚ ਕੁੱਲ 230 ਸੀਟਾਂ ਬਹੁਮਤ ਵਾਸਤੇ 116 ਚਾਹੀਦੀਆਂ। ਬੀਜੇਪੀ ਨੂੰ ਆਸ ਹੈ 125 ਸੀਟਾਂ ਦੀ ਤੇ ਕਾਂਗਰਸ ਸ਼ਾਇਦ 100 ਸੀਟ ਦੇ ਉੱਤੇ ਸਿਮਟ ਜੇ। ਛੱਤੀਸਗੜ੍ਹ ਦੇ ਵਿੱਚ ਕੁੱਲ 90 ਸੀਟਾਂ, ਬਹੁਮਤ ਵਾਸਤੇ 46 ਸੀਟਾਂ ਚਾਹੀਦੀਆਂ। ਬੀਜੇਪੀ ਦੇ ਬਾਰੇ ਅੰਦਾਜ਼ਾ ਹੈਗਾ ਵੀ ਸ਼ਾਇਦ 39 ਸੀਟਾਂ ਮਿਲਣ ਤੇ ਕਾਂਗਰਸ ਨੂੰ 48 ਦੇ ਨੇੜੇ ਤੜੇ। ਤੇ ਤੇਲੰਗਾਨਾ ਦੇ ਵਿੱਚ 119 ਸੀਟਾਂ ਕੁੱਲ ਤੇ ਬਹੁਮਤ ਵਾਸਤੇ 60 ਸੀਟਾਂ ਚਾਹੀਦੀਆਂ। ਸ਼ਾਇਦ ਬੀਜੇਪੀ ਨੂੰ ਇੱਥੇ 7 ਸੀਟਾਂ ਮਿਲਣ ਤੇ ਕਾਂਗਰਸ 64-65-63 ਦੇ ਨੇੜੇ ਤੜੇ ਰਹਿ ਜਾਏ। ਤੇ ਗੰਨੇ ਦਾ ਭਾਅ ਕਿੰਨਾ ਵਧਿਆ ਜੀ ਪੰਜਾਬ 'ਚ? ਗੰਨੇ ਦੇ ਭਾਅ ਦੇ ਵਿੱਚ ਜੀ ਅੱਜ 11 ਰੁਪਏ ਕੁਇੰਟਲ ਦਾ ਵਾਧਾ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਅੱਜ ਟਵੀਟ ਕਰਕੇ ਕਿ ਦੇਖੋ ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਵੱਧ ਅਸੀਂ ਤੁਹਾਨੂੰ ਗੰਨੇ ਦਾ ਭਾਅ ਦੇਤਾ, ਤੇ ਹਰਿਆਣੇ ਤੋਂ ਵੀ ਉਹ ਕਹਿੰਦੇ ਜੀ 2 ਰੁਪਈਏ ਵੱਧ ਮਿਲਿਆ ਹੁਣ। ਤੇ ਗੱਲ ਇਹ ਜੀ ਕਿ ਹੁਣ 391 ਰੁਪਈਏ ਕੁਇੰਟਲ ਪੰਜਾਬ ਦੇ ਵਿੱਚ ਗੰਨਾ ਵਿਕਿਆ ਕਰੂਗਾ। ਪਰ ਕਿਸਾਨਾਂ ਨੇ ਗੱਲ ਕਹੀ ਹੈ ਕਿ ਸਾਨੂੰ 20 ਰੁਪਈਏ ਕੁਇੰਟਲ ਭਾਅ ਚਾਹੀਦਾ ਸੀ, 11 ਰੁਪਈਏ ਦੇ ਨਾਲ ਸਾਡਾ ਖਰਚਾ ਨਹੀਂ ਮੁੜਦਾ ਗਾ। ਇਸ ਕਰਕੇ ਕਿਸਾਨ ਜਥੇਬੰਦੀਆਂ ਨੇ ਕਹੀ ਹੈ ਗੱਲ ਵੀ ਜੇਕਰ ਇਹਨਾਂ ਨੇ 20 ਰੁਪਈਏ ਨਾ ਕੀਤਾ ਤਾਂ ਅਸੀਂ ਦੁਬਾਰਾ ਫਿਰ ਸੰਘਰਸ਼ ਕਰ ਸਕਦੇ ਹਾਂ। ਕੰਗਣਾ ਰਣੌਤ ਨੇ ਚੰਡੀਗੜ੍ਹੋਂ ਲੜਨੀ ਅਗਲੀ ਇਲੈਕਸ਼ਨ, ਚੰਡੀਗੜ੍ਹੋਂ ਜਾਂ ਮੰਡੀ, ਦੋਵਾਂ ਖੇਤਰਾਂ ਦੇ ਵਿੱਚ ਉੱਥੇ ਨੇ ਸਭ ਇੱਕ ਖੇਤਰ ਦੇ ਵੱਲੋਂ। ਮੈਨੂੰ ਵੈਸੇ ਨਿੱਜੀ ਤੌਰ ਦੇ ਉੱਤੇ ਤਾਂ ਮੰਡੀ ਦੀ ਸੰਭਾਵਨਾ ਵੱਧ ਹੈ, ਕਿਉਂਕਿ ਮੰਡੀ ਖੇਤਰ ਦੀ ਹਿਮਾਚਲ ਪ੍ਰਦੇਸ਼ ਦੀ ਜੰਮੀ ਜਾਈ ਹੈ ਤੇ ਮੰਡੀ ਖੇਤਰ ਦੇ ਵਿੱਚ ਉਹਦੀਆਂ ਸਰਗਰਮੀਆਂ ਵੱਧ ਆ। ਪਰ ਕਿਉਂਕਿ ਜਿਹੜਾ ਚੰਡੀਗੜ੍ਹ ਖੇਤਰ ਹੈ, ਇੱਥੋਂ ਕਿਰਨ ਖੇਰ ਇਸ ਵੇਲੇ ਬੀਜੇਪੀ ਦੀ ਸੰਸਦ ਮੈਂਬਰ ਆ। ਕਿਰਨ ਖੇਰ ਨੂੰ ਪਿੱਛੇ ਜੇ ਕੈਂਸਰ ਵੀ ਹੋਇਆ ਸੀ, ਉਹਨਾਂ ਤੰਦਰੁਸਤ ਹੋ ਗਈ ਹੈ, ਬਹੁਤ ਸੋਹਣੀ ਗੱਲ ਹੈ ਜੀ ਸਾਰੇ ਤੰਦਰੁਸਤ ਹੋਣ, ਪਰ ਮੰਨਿਆ ਜਾ ਰਿਹਾ ਜੀ ਕਿ ਉਹਨਾਂ ਨੇ ਚੋਣ ਇੱਥੋਂ ਨਹੀਂ ਲੜਨੀ। ਜੇ ਕਲਾਕਾਰ ਨੂੰ ਹੀ ਟਿਕਟ ਦੇਣੀ ਹੋਈ ਤਾਂ ਮੰਨਿਆ ਜਾ ਰਿਹਾ ਵੀ ਬੀਜੇਪੀ ਦੇ ਵੱਲੋਂ ਇੱਥੋਂ ਕੰਗਣਾ ਰਣੌਤ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਪਰ ਕੰਗਣਾ ਦੇ ਬਹੁਤ ਨੇੜਲੇ ਸੂਤਰੇ ਗੱਲ ਕਹਿੰਦੇ ਵੀ ਉਹ ਮੰਡੀ ਖੇਤਰ ਤੋਂ ਤਿਆਰੀ ਕਰ ਰਹੀ ਹੈ, ਸੋ ਉਹ ਚੋਣ ਲੜੂਗੀ ਵੀ ਇਹ ਵੀ ਗੱਲ ਪੱਕੀ ਹੈ, ਤੇ ਚੋਣ ਲੜੂ ਵੀ ਬੀਜੇਪੀ ਦੇ ਵੱਲੋਂ ਇਸ ਗੱਲ ਦੀ ਵੀ ਪੱਕੀ ਗਰੰਟੀ ਹੈ। ਪਰ ਉਹ ਚੰਡੀਗੜ੍ਹ ਜਾਂ ਮੰਡੀ ਕਿਹੜੇ ਖੇਤਰ ਦੇ ਵਿੱਚੋਂ ਲੜੂਗੀ ਇਹ ਆਉਣ ਵਾਲਾ ਵਕਤ ਦੱਸੂਗਾ ਜੀ। ਤੇ ਸਾਡੇ ਪੰਜਾਬ ਦੇ ਜਿਹੜੇ ਚੀਫ ਮਿਨਿਸਟਰ ਨੇ, ਉਹਨਾਂ ਨੇ ਅਰਬੀ ਘੋੜਿਆਂ ਦਾ ਹਿਸਾਬ ਮੰਗਿਆ ਮਜੀਠੀਏ ਤੋਂ, ਕੀ ਕਹਾਣੀ ਕੀ ਅਰਬੀ ਘੋੜਿਆਂ ਦੀ ਪੂਰੀ? ਚੰਨ ਸਾਹਿਬ ਮੈਂ ਥੋੜਾ ਜਿਹਾ ਇਸ ਗੱਲ ਤੇ ਹੈਰਾਨ ਵੀ ਹੋਇਆ ਵੀ ਇਹ 1957 ਦਾ ਕਿੱਸਾ ਸੁਣਾਇਆ ਹੋਇਆ। 1957 ਦੇ ਕਿੱਸੇ ਦੇ ਵਿੱਚ ਭਗਵੰਤ ਮਾਨ ਸਾਹਿਬ ਜਿਹੜੇ ਅੱਜ ਚੰਡੀਗੜ੍ਹ ਦੇ ਵਿੱਚ ਨਿਯੁਕਤੀ ਪੱਤਰ ਵੰਡਣ ਦੇ ਲਈ ਗਏ ਸੀਗੇ, ਤੇ ਉਹਨਾਂ ਨੇ ਇੱਥੇ ਕਿੱਸਾ ਸੁਣਾਇਆ। ਕਹਿੰਦੇ ਜੀ 1957 ਦੇ ਵਿੱਚ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸਾਹਿਬ ਇੱਕ ਵਫਦ ਲੈ ਕੇ ਗਏ ਸੀਗੇ ਜੀ ਅਰਬ ਦੇਸ਼ ਦੇ ਵੱਲ। ਅਰਬ ਦੇਸ਼ ਦੇ ਰਾਜੇ ਨੇ ਕੁਝ ਕੁ ਅਰਬੀ ਘੋੜੇ ਦਿੱਤੇ, ਤੇ ਉਹ ਘੋੜੇ ਜਿਹੜੇ ਉਹ ਜਦੋਂ ਆ ਗਏ ਇੱਧਰ, ਤੇ ਫਿਰ ਉਧਰੋਂ ਰਾਜੇ ਨੇ ਫੋਨ ਕੀਤਾ, ਉਹਨਾਂ ਨੇ ਗੱਲ ਕਹੀ ਜੀ ਕਿ ਭਾਈ ਸਾਡੇ ਘੋੜੇ ਕਿਵੇਂ ਆ, ਤੇ ਸੰਬੰਧਿਤ ਅਧਿਕਾਰੀਆਂ ਨੇ ਗੱਲ ਕਹੀ ਵੀ ਭਾਈ ਇੱਥੇ ਤਾਂ ਘੋੜੇ ਨਹੀਂ, ਉਹ ਪਰਸਨਲ ਕਿਸੇ ਇੱਕ ਥਾਂ ਦੇ ਉੱਤੇ ਭੇਜ ਦਿੱਤੇ ਗਏ, ਇੱਥੇ ਮੇਰਠ ਦੇ ਵਿੱਚ ਨਹੀਂ ਹੈਗੇ ਉਹ ਘੋੜੇ, ਕਿਉਂਕਿ ਮੇਰਠ ਦੇ ਵਾਸਤੇ ਉਹਨਾਂ ਨੇ ਭੇਜੇ ਸੀਗੇ। ਫਿਰ ਉਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਨੇ ਜਦੋਂ ਥੋੜੇ ਦਿਨ ਉਹਨੇ ਤਾੜਿਆ ਝਾੜਿਆ ਵੀ ਭਾਈ ਅਸੀਂ ਘੋੜੇ ਤੁਹਾਨੂੰ ਭੇਜੇ, ਕਿਹੜੇ ਕੰਮ ਲਈ ਹੈ, ਤੁਸੀਂ ਕਿੱਧਰ ਵਰਤੀ ਜਾਂਦੇ ਆ, ਕਹਿੰਦੇ ਵੀ ਉਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਹੋਰਾਂ ਨੇ ਫੋਨ ਕਰਕੇ ਸੁਰਜੀਤ ਸਿੰਘ ਮਜੀਠੀਆ ਹੋਰਾਂ ਨੂੰ ਝਾੜਿਆ। ਸੁਰਜੀਤ ਸਿੰਘ ਮਜੀਠੀਆ ਉਸ ਵੇਲੇ ਕੇਂਦਰੀ ਮੰਤਰੀ ਸੀ ਜਿਹੜੇ ਕਿ ਵਿਕਰਮ ਸਿੰਘ ਮਜੀਠੀਆ ਦੇ ਵੱਡੇ ਵਡੇਰਿਆਂ ਚੋਂ ਆ। ਕਹਿੰਦੇ ਵੀ ਉਸ ਤੋਂ ਬਾਅਦ ਰਿਜ਼ਾਈਨ ਮੰਗਿਆ ਜਵਾਹਰ ਲਾਲ ਨਹਿਰੂ ਨੇ ਉਹਨਾਂ ਦੇ ਕੋਲੋਂ, ਸੁਰਜੀਤ ਸਿੰਘ ਹੋਰਾਂ ਦੇ ਕੋਲੋਂ, ਤੇ ਸੁਰਜੀਤ ਸਿੰਘ ਮਜੀਠੀਆ ਨੇ ਰਿਜ਼ਾਈਨ ਦੇਤਾ। ਤੇ ਭਗਵੰਤ ਮਾਨ ਨੇ ਕਿਹਾ ਜੀ ਕਿ ਉਹ ਜਿਹੜੇ ਅਰਬੀ ਘੋੜੇ ਸੀ ਉਹ ਕਿੱਧਰ ਗਏ ਇਹਦੇ ਬਾਰੇ ਮੈਨੂੰ ਜਾਣਕਾਰੀ ਦੇਵੇ 5 ਦਸੰਬਰ ਤੱਕ ਵਿਕਰਮ ਸਿੰਘ ਮਜੀਠੀਆ। ਜੇਕਰ 5 ਦਸੰਬਰ ਤੱਕ ਇਹਨਾਂ ਅਰਬੀ ਘੋੜਿਆਂ ਬਾਰੇ ਜਾਣਕਾਰੀ ਨਾ ਮਿਲੀ ਤਾਂ ਮੈਂ 5 ਦਸੰਬਰ ਨੂੰ ਦੱਸੂ ਵੀ ਭਾਈ ਉਹ ਗਏ ਕਿੱਥੇ ਸੀ, ਲਿਆਂਦੇ ਕਿਹੜੇ ਕੰਮ ਦੇ ਲਈ ਸੀ ਤੇ ਗਏ ਕਿਹੜੇ ਪਾਸੇ ਆ। ਹੁਣ ਪੱਤਰਕਾਰਾਂ ਨੇ ਵਿਕਰਮ ਮਜੀਠੀਆ ਨੂੰ ਸਵਾਲ ਕਰ ਲਿਆ ਵੀ ਤੁਹਾਡੇ ਟੱਬਰ ਨੇ ਘੋੜੇ ਕਿੱਥੇ ਲਿਆ ਕੇ ਰੱਖੇ ਆ, ਉਹ ਕਹਿੰਦੇ ਵੀ ਯਾਰ ਇਹ ਤਾਂ ਬੋਲੀ ਜਾਂਦੇ, ਇਹਨਾਂ ਨੂੰ ਕੀ ਕਹਿਣਾ ਇਹਨਾਂ ਦੇ ਬਾਰੇ। ਉਹਨਾਂ ਨੇ ਕੁਝ ਕੁ ਗੱਲਾਂ ਤੱਤੀਆਂ ਵੀ ਕਹੀਆਂ ਭਗਵੰਤ ਮਾਨ ਦੇ ਬਾਰੇ, ਉਹ ਕਹਿੰਦੇ ਮੈਂ ਇਹੀ ਅਰਬੀ ਘੋੜੇ ਹੈਕ ਤੇ ਨਚਾਉਣੇ ਇਹਨਾਂ ਦੇ, ਤੁਸੀਂ ਦੇਖਿਓ ਆਉਂਦੇ ਸਮੇਂ ਦੇ ਵਿੱਚ ਬਣਦਾ ਕੀ ਹੈ। ਇਹ ਜਾਂਦੇ ਨਿਯੁਕਤੀ ਪੱਤਰ ਵੰਡਣ ਦੇ ਲਈ ਹੈ, ਮਜੀਠੀਆ ਸ਼ਬਦ ਤੋਂ ਇੰਨਾ ਡਰਦੇ ਵੀ ਗੱਲ ਫਿਰ ਉੱਥੇ ਮੇਰੀ ਕਰਨ ਲੱਗ ਪੈਂਦੇ ਆ। ਅੱਛਾ, ਗੱਡੀਆਂ 'ਚ ਤੇਲ ਪਾਉਣ ਦੇ ਕੈਦੀਆਂ ਦਾ ਕੀ ਰੋਲ ਆ ਇਹਦੇ 'ਚ? ਤੈਨ ਸਾਹਿਬ ਅੱਜ ਹਰਪਾਲ ਸਿੰਘ ਚੀਮਾ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਆ, ਉਹ ਪਹੁੰਚੇ ਸੀਗੇ ਜੀ ਪਟਿਆਲੇ ਦੇ ਵੱਲ। ਪਟਿਆਲੇ ਦੇ ਵੱਲ ਕੇਂਦਰੀ ਜੇਲ੍ਹ ਦੇ ਬਾਹਰ ਇੱਕ ਪੈਟਰੋਲ ਪੰਪ ਦਾ ਉਦਘਾਟਨ ਕੀਤਾ ਗਿਆ। ਉਹਨਾਂ ਨੇ ਗੱਲ ਕਹੀ ਹੈ ਜੀ ਕਿ ਜੇਲ੍ਹਾਂ ਦੇ ਬਾਹਰ ਪੈਟਰੋਲ ਪੰਪ ਬਣ ਰਹੇ ਆ, ਪੰਜਾਬ ਦੀਆਂ 4 ਜੇਲ੍ਹਾਂ ਦੇ ਬਾਹਰ ਬਣਾ ਦਿੱਤੇ ਆ ਤੇ 5ਵਾਂ ਪੈਟਰੋਲ ਪੰਪ ਪਟਿਆਲੇ ਵਾਲੀ ਜੇਲ੍ਹ ਦੇ ਬਾਹਰ ਬਣਾਤਾ।
ਇਹਨਾਂ ਪੈਟਰੋਲ ਪੰਪਾਂ ਦਾ ਪ੍ਰਬੰਧ ਆ ਜਿਹੜਾ ਉਹ ਜੇਲ੍ਹ ਅਧਿਕਾਰੀ ਕਰਨਗੇ ਜਾਂ ਜੇਲ੍ਹ ਮੈਨੇਜਮੈਂਟ ਕਰੂਗੀ, ਤੇ ਇਹਦੇ ਵਿੱਚ ਕੈਦੀ ਤੇਲ ਪਾਇਆ ਕਰਨਗੇ, ਆਈਆਂ ਹੋਈਆਂ ਗੱਡੀਆਂ ਦੇ ਵਿੱਚ ਤੇਲ ਪਾਉਣ ਦਾ ਕੰਮ ਕੈਦੀ ਕਰਨਗੇ। ਇੱਕ ਤਾਂ ਉਹ ਮੁੱਖ ਧਾਰਾ ਦੇ ਵਿੱਚ ਆਉਣਗੇ, ਦੂਜਾ ਉਹਨਾਂ ਨੂੰ ਕਿਰਤ ਦੀ ਅਹਿਮੀਅਤ ਦਾ ਪਤਾ ਲੱਗੂਗਾ, ਤੀਜਾ ਉਹ ਚਾਰ ਛਿਲੜ ਵੀ ਜੋੜ ਲੈਣਗੇ, ਚੌਥਾ ਉਹ ਅੰਦਰ ਬੈਠੇ ਜਿਹੜੇ ਉਕਤਾਏ ਪਏ ਆ ਸਮਾਜਿਕਤਾ ਦੇ ਵੱਲ ਵੀ ਵਧਣਗੇ। ਸੋ ਉਹਨਾਂ ਨੇ ਇਹ ਗੱਲ ਸੋਚੀ ਹੈ। ਹਰਿਆਣੇ ਦੇ ਮੰਤਰੀ ਨੇ ਕਿਸਾਨਾਂ ਬਾਰੇ ਕੀ ਕਹਿ ਦਿੱਤਾ? ਮਾੜੀ ਗੱਲ ਕਹੀ ਹੈ ਜੀ। ਜੇਪੀ ਦਲਾਲ ਹਰਿਆਣੇ ਦਾ ਖੇਤੀਬਾੜੀ ਮਹਿਕਮੇ ਦਾ ਮੰਤਰੀ ਆ, ਉਹਨੇ ਇਹ ਗੱਲ ਕਹਿਤੀ ਜੀ, ਦੋ ਦਿਨ ਪਹਿਲਾਂ ਉਹਨੇ ਗੱਲ ਕਹੀ ਹੈ। ਵੈਸੇ ਉਹ ਕਹਿੰਦਾ ਜੀ ਕਿ ਜਿਹੜੇ ਅੱਜ ਕੱਲ੍ਹ ਧਰਨੇ ਧੁਰਨੇ ਦਿੰਦੇ ਆ, ਜਿਹਨਾਂ ਦੀ ਕੋਈ ਘਰ ਦੇ ਵਿੱਚ ਘਰ ਵਾਲੀਆਂ ਵੀ ਨਹੀਂ ਪੁੱਛਗਿੱਛ ਕਰਦੀਆਂ, ਉਹ ਆ ਕੇ ਧਰਨਿਆਂ ਦੀ ਗੱਲ ਕਰਨ ਲੱਗ ਜਾਂਦੇ ਆ। ਕਹਿੰਦਾ ਮੈਨੂੰ ਸਭ ਪਤਾ ਵੀ ਕਈਆਂ ਦੇ ਉੱਤੇ ਚਾਰ ਚਾਰ, ਕਈਆਂ ਦੇ ਉੱਤੇ ਸੱਤ ਸੱਤ ਪਰਚੇ ਦਰਜ ਹੈਗੇ ਆ, ਤੇ ਮੈਂ ਜੇ ਮੂੰਹ ਖੋਲਣ ਲੱਗ ਪਿਆ ਤਾਂ ਫਿਰ ਨੱਠੇ ਭੱਜੇ ਫਿਰਨਗੇ। ਹੁਣ ਕਿਸਾਨਾਂ ਨੇ ਤੇ ਵੱਖ ਵੱਖ ਔਰਤ ਜਥੇਬੰਦੀਆਂ ਨੇ ਇਸ ਗੱਲ ਤੇ ਇਤਰਾਜ਼ ਪ੍ਰਗਟਾਇਆ ਵੀ ਔਰਤਾਂ ਦੇ ਬਾਰੇ ਤੇ ਕਿਸਾਨਾਂ ਦੇ ਬਾਰੇ ਇਹਨੇ ਭੱਦਗਾਂ ਟਿੱਪਣੀਆਂ ਕੀਤੀਆਂ ਕਿਵੇਂ ਹੈ ਜੀ, ਤੇ ਮਾਫ਼ੀ ਮੰਗਣ ਦੀ ਮੰਗ ਕੀਤੀ ਗਈ ਹੈ ਜੀ। ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ? ਤੈਨੂੰ ਸਰ ਪੰਜਾਬ ਦਾ ਮੌਸਮ ਠੀਕ ਹੈ ਜੀ। ਪੰਜਾਬ ਦੇ ਵਿੱਚ ਕੋਈ ਬਹੁਤ ਜ਼ਿਆਦਾ ਲੋਹੜਿਆਂ ਦੀ ਠੰਡ ਤਾਂ ਨਹੀਂ ਹੈਗੀ, ਪਰ ਠੰਡ ਕਾਫ਼ੀ ਹੋ ਰਹੀ ਹੈ। ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਣੀਆਂ ਪੈਣ ਦੀ ਆਸ ਹੈ, ਤੇ ਜੇਕਰ ਉਹ ਕਣੀਆਂ ਪੈ ਜਾਂਦੀਆਂ ਤੇ ਪੰਜਾਬ ਦੇ ਵਿੱਚ ਠੰਡ ਹੋਰ ਵਧੂਗੀ, ਤੇ ਧੁੰਦ ਰਾਤ ਦੇ ਵੇਲੇ ਕਈ ਪਾਸੇ ਦੇ ਵਿੱਚ ਦੇਖੀ ਜਾ ਰਹੀ ਹੈ ਜੀ। ਰੇਣਾ ਜੀ ਬਹੁਤ ਮਿਹਰਬਾਨੀ, ਸ਼ੁਕਰੀਆ। ਮਿਹਰਬਾਨੀ। ਰੈਡ ਐਫ ਐਮ।